1977 ਤੋਂ ਕਾਰਪੋਰੇਸ਼ਨ ਦੇ ਵਿੱਚ ਆ ਗਿਆ ਹੋਇਆ। ਉਹਦੀ ਥੋੜ੍ਹੀ ਬੈਕਗ੍ਰਾਉਂਡ ਦੱਸਦਾ। ਇੱਥੇ ਜੇਲ੍ਹ ਆਈ, ਜੇਲ੍ਹ ਤੋਂ ਬਾਅਦ ਇੱਥੇ ਜੈਮਰ ਆਇਆ, ਪਰ ਜਦੋਂ ਦਾ ਜੈਮਰ ਆਇਆ ਉਦੋਂ ਦਾ ਜੀਣਾ ਲੋਕਾਂ ਦਾ ਨਰਕ ਹੋ ਗਿਆ। ਲੋਕਾਂ ਨੇ ਇੱਥੇ 50-50 ਲੱਖ ਦੀਆਂ ਕੋਠੀਆਂ ਪਾਈਆਂ, ਕਰੋੜ ਕਰੋੜ ਰੁਪਏ ਦੀਆਂ ਕੋਠੀਆਂ ਪਾਈਆਂ ਨੇ, ਔਰ ਆਮ ਗਰੀਬ ਆਦਮੀ ਤੋਂ ਲੈ ਕੇ ਵੱਡਾ ਚਾਹੇ ਉਹ ਕਰੋੜਾਪਤੀ ਹੈ, ਅੱਜ ਉਹ ਦੁਖੀ ਹੈ। ਉਹਦਾ ਕਾਰਨ ਹੈ ਵੀ ਇੱਥੇ ਜਿਹੜਾ ਜੈਮਰ ਲੱਗਾ ਉਹਦੇ ਕਰਕੇ ਮੋਬਾਈਲ ਨਹੀਂ ਚੱਲਦਾ ਪਿਆ। ਲੇਕਿਨ ਬੜੀ ਸ਼ਰਮ ਦੀ ਗੱਲ ਹੈ ਸਾਡੇ ਪ੍ਰਸ਼ਾਸਨ ਵਾਸਤੇ ਵੀ ਔਰ ਸਾਡੇ ਸਾਰਿਆਂ ਵਾਸਤੇ ਵੀ, ਉਹ ਫੋਨ ਜਿਹੜਾ ਬਾਹਰ ਤਾਂ ਚੱਲਦਾ ਨਹੀਂ ਹੈ ਲੇਕਿਨ ਜੇਲ੍ਹ ਦੇ ਅੰਦਰ ਚੱਲਦਾ ਪਿਆ। ਤੁਸੀਂ ਅੱਜ ਦੀ ਅਖਬਾਰ ਦੇਖ ਲਓਗੇ, ਉਹਦੇ ਵਿੱਚ ਸਾਫ਼ ਸਾਫ਼ ਲਿਖਿਆ ਇੱਕ ਮਾਂ ਜਿਹਦਾ ਕੱਲ੍ਹ ਬੇਟਾ ਇੱਥੇ ਸੰਦਿਗਧ ਹਾਲਤ 'ਚ ਡੈਥ ਹੋ ਜਾਂਦੀ ਹੈ, ਉਹ ਕਹਿੰਦੀ ਹੈ ਵੀ ਮੇਰਾ ਪੁੱਤਰ ਮੈਨੂੰ ਰੋਜ਼ ਫੋਨ ਕਰਦਾ ਸੀ, ਉਹਦੇ ਵਾਸਤੇ ਮੈਂ 10,000 ਰੁਪਈਆ ਪੁਲਿਸ ਪ੍ਰਸ਼ਾਸਨ ਨੂੰ ਜਾਂ ਜੇਲ੍ਹ ਪ੍ਰਸ਼ਾਸਨ ਨੂੰ ਭਰਤੀ ਸੀ। ਮਤਲਬ ਅੱਜ ਐਸੀ ਸਰਕਾਰ ਹੈ ਜਿਹੜੀ ਗੂੰਗੀ, ਬੈਰੀ, ਨਕੰਮੀ, ਅੰਨੀ ਸਰਕਾਰ ਹੈ ਜਿਹਨੂੰ ਦਿਖਦਾ ਨਹੀਂ ਪਿਆ ਵੀ ਲੋਕ ਸੜਕਾਂ 'ਤੇ ਧੁੱਪੇ ਬੈਠੇ ਨੇ। ਕੋਈ ਇਹ ਖੁਸ਼ੀ ਨਾਲ ਨਹੀਂ ਬੈਠੇ, ਕੋਈ ਇੱਥੇ ਕੋਈ ਕਿਸੇ ਕੋਈ ਇਲੈਕਸ਼ਨ ਨਹੀਂ ਗਾ, ਲੋਕ ਆਪਣੀ ਮਜਬੂਰੀ ਨਾਲ ਬੈਠੇ ਨੇ। ਲੋਕਾਂ ਦਾ ਰੋਜ਼ਗਾਰ ਖੋਇਆ ਜਾ ਰਿਹਾ। ਅੱਜ ਮੋਬਾਈਲ ਤੋਂ ਬਗੈਰ ਕਿਹੜਾ ਰੋਜ਼ਗਾਰ ਹੈ? ਬੱਚਿਆਂ ਦਾ ਅੱਜ ਕੱਲ੍ਹ ਪੜ੍ਹਾਈ ਵਾਸਤੇ ਵੀ ਮੋਬਾਈਲ ਦੀ ਜ਼ਰੂਰਤ ਹੈ। ਅਗਰ ਬੱਚੇ ਦਾ ਉਹ ਆਉਣਾ ਵਾ, ਹੋਮਵਰਕ ਆਉਣਾ, ਉਹ ਵੀ ਮੋਬਾਈਲ 'ਤੇ ਆਉਣਾ। ਸੋ ਐਸੀ ਸਰਕਾਰ ਜਿਹਨੂੰ ਚਿੰਤਾ ਨਹੀਂ ਹੈ, ਪਿਛਲੇ ਚਾਰ ਵਾਰ ਤੋਂ ਇੱਥੇ ਐਸੇ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਨੇ ਜੇਲ੍ਹ ਪ੍ਰਸ਼ਾਸਨ ਨਾਲ, ਲੇਕਿਨ ਅੱਜ ਹਾਰ ਕੇ ਸਾਡੇ 'ਤੇ ਵੀ ਪ੍ਰੈਸ਼ਰ ਸੀਗਾ ਵੀ ਤੁਸੀਂ ਜੇਲ੍ਹ ਦੇ ਬਾਹਰ ਧਰਨਾ ਲਾਓ, ਸੜਕਾਂ 'ਤੇ ਨਾ ਬੈਠੋ। ਬਈ ਮੈਂ ਇਹਦੇ 'ਚ ਕੀ ਕਰ ਸਕਦਾ? ਲੋਕ ਦੁਖੀ ਨੇ, ਮੈਂ ਤਾਂ ਬੁਲਾਇਆ ਨਹੀਂ, ਸਾਰਾ ਪਿੰਡ ਆਪ ਆਇਆ। ਕਾਰਨ ਸਿੰਪਲ ਹੈ, ਜੈਮਰ ਦੀ ਜਿਹੜੀ ਫ੍ਰੀਕੁਐਂਸੀ ਤੁਸੀਂ ਉਹ ਕਹਿੰਦੇ ਜੀ ਹਾਈ ਕੋਰਟ ਦੇ ਆਰਡਰ ਨੇ, ਮੈਂ ਕਹਿੰਦਾ ਜ਼ਰੂਰ ਲਾਓ ਜੈਮਰ 10 ਵਾਰੀ ਲਾਓ, ਪਰ ਗਰੀਬ ਜਨਤਾ ਦੇ ਬਾਰੇ ਵੀ ਤਾਂ ਸੋਚੋ। ਜੈਮਰ ਦੀ ਫ੍ਰੀਕੁਐਂਸੀ ਠੀਕ ਕਰੋ, ਘਟਾਓ, ਤਾਂ ਕਿ ਜੇਲ੍ਹ ਦੇ ਅੰਦਰ ਜੈਮਰ ਚੱਲੇ। ਪਹਿਲੇ ਤਾਂ ਗੱਲ, ਜੇਲ੍ਹ ਦੇ ਅੰਦਰ ਮੋਬਾਈਲ ਜਾਵੇ ਕਿਉਂ? ਉੱਥੇ 200-200 ਰੁਪਏ ਦੀ ਬੀੜੀ ਦਾ ਬੰਡਲ ਵਿਕਦਾ, ਇਹਦੇ 'ਚ ਪਹਿਲੇ ਆਪਣੇ ਪ੍ਰਸ਼ਾਸਨ ਨੂੰ ਤਾਂ ਖਿੱਚੋ, ਜਨਤਾ ਨੂੰ ਦੁਖੀ ਕੀਤਾ। ਸਭ ਤੋਂ ਪਹਿਲੇ ਆਪਣੀ ਜਿਹੜੀ ਜਨਤਾ ਹੈ ਉਹਨੂੰ ਖਿੱਚਿਆ ਜਾਵੇ, ਜਿਹੜੀ ਤੁਹਾਡੀ ਜਿਹੜੀ ਅੰਦਰ ਬੈਠੀ ਜਿਹੜੀ ਪ੍ਰਸ਼ਾਸਨ ਹੈ, ਜਿਹੜੇ ਪੁਲਿਸ ਦੇ ਮੁਲਾਜ਼ਮ ਨੇ, ਜਿਹੜੇ ਜੇਲ੍ਹ ਦੇ ਮੁਲਾਜ਼ਮ ਨੇ, ਉਹਨਾਂ 'ਤੇ ਸਖਤੀ ਕੀਤੀ ਜਾਏ। ਇਹਨਾਂ ਗਰੀਬ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਪਏ? ਜੈਮਰ ਲਾਓ, ਉਹਦੀ ਫ੍ਰੀਕੁਐਂਸੀ ਘਟਾਓ, ਅੰਦਰ ਮੋਬਾਈਲ ਜਾਣਾ ਬੰਦ ਕਰੋ। ਮੈਂ ਇਹੀ ਬੇਨਤੀ ਕਰਦਾ, ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਹੱਲ ਨਹੀਂ ਹੁੰਦਾ ਤਾਂ ਅਸੀਂ ਸੜਕਾਂ 'ਤੇ ਬੈਠੇ ਹਾਂ, ਫਿਰ ਬੈਠਾਂਗੇ। ਅੱਜ ਇੱਥੇ ਜਾਮ ਕੀਤਾ, ਉਹ ਕਹਿੰਦੇ ਪਏ ਨੇ, ਮੈਂ ਨਹੀਂ ਕਹਿੰਦਾ ਪਿਆ, ਇਹਨਾਂ ਦੇ ਨੁਮਾਇੰਦੇ ਕਹਿੰਦੇ ਪਏ ਸਾਨੂੰ ਸ਼ਹਿਰ ਜਾਮ ਕਰਨਾ ਪਿਆ, ਅਤੇ ਅਸੀਂ ਉਹ ਵੀ ਕਰਾਂਗੇ। ਸਾਨੂੰ ਪੱਕਾ ਭੁੱਖ ਹੜਤਾਲ 'ਤੇ ਬਹਿਣਾ ਪਿਆ, ਅਸੀਂ ਉਹ ਵੀ ਬੈਠਾਂਗੇ। ਪਹਿਲੇ ਵੀ ਬਹੁਤ ਵਾਰ ਧਰਨੇ ਲੱਗ ਚੁੱਕੇ, ਹੱਲ ਨਹੀਂ ਆਇਆ ਲੱਗਦਾ ਅੱਜ ਹੱਲ ਹੋਊਗਾ। ਸਾਨੂੰ ਪ੍ਰਸ਼ਾਸਨ ਦੇ ਅੱਜ ਅਸੀਂ DC ਆਫਿਸ ਤੋਂ ਵੀ, ਅੱਜ ਅਸੀਂ ਸਿਰਫ ਪੁਲਿਸ ਪ੍ਰਸ਼ਾਸਨ ਦੇ ਨਹੀਂ ਛੱਡੀ ਗੱਲ, ਸਵੇਰੇ ਵੀ ਗੱਲ ਹੋਈ ਸੀ। ਮੈਂ ਕਿਹਾ DC ਆਫਿਸ ਤੋਂ, DC ਸਾਹਿਬ ਤੋਂ ਕੋਈ ਨੁਮਾਇੰਦਾ ਆਵੇ ਜਿਹੜਾ ਇਹਨਾਂ ਦੀ ਤਸੱਲੀ ਕਰਾ ਸਕੇ ਵੀ ਕਦੋਂ ਤੱਕ ਇਸ ਮਸਲੇ ਦਾ ਹੱਲ ਹੋਏਗਾ। ਅਸੀਂ ਜੀ ਧਰਨੇ 'ਚ ਕਹਿਣਾ ਚਾਹੁੰਦੇ ਹਾਂ ਵੀ ਅੱਜ ਇਹ ਧਰਨੇ 'ਚ ਲੋਕ ਜਿਹੜੇ ਸੜਕਾਂ 'ਤੇ ਬੈਠੇ ਆ, ਇਹ ਕੋਈ ਚਾਹ ਨਾਲ ਨਹੀਂ ਬੈਠੇ, ਇਹ ਮਜਬੂਰਨ ਬੈਠੇ ਆ ਕਿ 2 ਸਾਲ ਦੇ ਉੱਤੋਂ ਜਿਹੜਾ ਵਾ ਚੈਂਬਰ ਲਾ ਕੇ ਫੋਨ ਜਿਹੜੇ ਬੰਦ ਕੀਤੇ ਗਏ ਆ। ਸਰਕਾਰ ਨੇ ਜਿਹਦੇ ਕਰਕੇ ਲਾਇਆ ਉਹ ਫੋਨ ਅੰਦਰ ਅਤੇ ਜੇਲ੍ਹ ਦੇ ਅੰਦਰ ਕੈਦੀਆਂ ਦੇ ਜਾਂ ਹਵਾਲਾਤੀਆਂ ਦੇ ਉਹ ਚੱਲ ਰਹੇ ਨੇ, ਪਰ ਇੱਥੇ ਜਿਹੜਾ ਬਾਹਰ ਲੋਕਾਂ ਦੇ ਚੱਲ ਨਹੀਂ ਰਹੇ। ਬੀਤੇ ਦਿਨੀ ਮੈਂ ਅੱਗੇ ਵੀ ਬੇਨਤੀ ਕੀਤੀ ਆ ਸਰਕਾਰ ਦੇ ਗਾੜੀ ਕਿ ਇੰਨਾ ਤਕੜਾ ਹਾਦਸਾ ਹੋ ਗਿਆ ਕਿ ਮੇਰੇ ਬੇਟੇ ਦੀ 24 ਸਾਲ ਦਾ ਮੇਰਾ ਬੇਟਾ ਸੀ, ਉਹਦੀ ਰੋਡ ਐਕਸੀਡੈਂਟ ਜਿਹੜੀ ਆ ਇੱਥੇ ਡੈਥ ਹੋ ਗਈ।
ਜੇਲ੍ਹ ਦੇ ਕੋਲ, ਪਰ ਛੇਤੀ ਜਿਹੜਾ ਕਿਸੇ ਨੇ ਕੋਈ ਫੋਨ 'ਤੇ ਗੱਲ ਨਹੀਂ ਕਰ ਪਾਏ। ਜਿੰਨੇ ਚਿਰ ਨੂੰ ਸਾਨੂੰ ਜਾ ਕੇ ਦੱਸਿਆ ਕਿਸੇ ਨੇ ਅਸੀਂ ਲੈ ਕੇ ਆਏ ਆ, ਉਹਨੇ ਹਸਪਤਾਲ ਖੜਿਆ ਵਾ, ਪਰ ਉਹ ਬਚ ਨਹੀਂ ਸਕਿਆ। ਬੜੀ ਸਾਨੂੰ ਜਿਹੜੀ ਆ ਦੁੱਖ ਵਾਲੀ ਗੱਲ ਆ ਵੀ ਜੇ ਫੋਨ ਜੇ ਚੱਲਦੇ ਹੁੰਦੇ, ਚਾਹੇ ਇਹ ਹੋ ਸਕਦਾ ਸੀ ਅਸੀਂ ਪਹਿਲਾਂ ਸਮੇਂ 'ਤੇ ਆ ਜਾਂਦੇ, ਚਾਹੇ ਕੋਈ ਲੈ ਜਾਂਦਾ ਸੀ, ਕਹਿ ਦਿੰਦੇ ਵੀ ਲੈ ਜਾਓ ਇਹਨੂੰ ਹਸਪਤਾਲ, ਅਤੇ ਹੋ ਸਕਦਾ ਸੀ ਸਾਡੇ ਬੇਟੇ ਦੀ ਡੈਥ ਜਿਹੜੀ ਆ ਨਾ ਹੁੰਦੀ, ਅਤੇ ਇਹ ਘਟਨਾ ਜਿਹੜੀ ਆ ਨਾ ਵਾਪਰਦੀ। ਅਸੀਂ ਬੜਾ ਇਸ ਚੀਜ਼ ਦੇ ਉੱਤੇ ਗਿਲਾ ਕਰਦੇ ਹਾਂ ਜੇਲ੍ਹ ਸੂਬੇ ਡੰਡ ਸਾਹਿਬ 'ਤੇ ਵੀ ਅਸੀਂ ਤਿੰਨ ਵਾਰੀ ਜਿਹੜਾ ਵਾ ਪਹਿਲਾਂ ਉਹਨਾਂ ਨੂੰ ਮਿਲ ਚੁੱਕੇ ਹਾਂ ਵੀ ਇਹ ਜਿਹੜੀ ਰੇਂਜ ਹੈ ਇਹਦੀ ਘਟਾਓ, ਰੇਂਜ ਜਿਹੜੀ ਆ ਇਹਨੂੰ ਜਿਹੜਾ ਵਾ ਅੰਦਰ ਅੰਦਰ ਤੁਸੀਂ ਆਪਣੇ ਰੱਖੋ, ਤੁਸੀਂ ਆਪਣੀ ਤੁਹਾਨੂੰ ਜੇਲ੍ਹ ਦੇ ਨਾਲ ਕੈਦੀਆਂ ਨਾਲ ਜਾਂ ਹਵਾ ਲੱਟੀਆਂ ਦੇ ਨਾਲ ਹੈ ਨਾ, ਵੀ ਉਹਨਾਂ ਦੇ ਫੋਨ ਨਹੀਂ ਚੱਲਣੇ ਚਾਹੀਦੇ, ਉਹਨਾਂ 'ਤੇ ਫਿਰ ਚੱਲ ਰਿਹਾ। ਅਤੇ ਅਸੀਂ ਜਿਹੜੇ ਬਾਹਰ ਆਮ ਪਬਲਿਕ ਆ, ਇਹ ਸਾਨੂੰ ਆਣ ਕੇ ਵਿਚਾਰੇ ਦੱਸਦੇ ਦੁੱਖ ਵੀ ਸਾਡੇ ਫੋਨ ਨਹੀਂ ਚੱਲ ਰਹੇ, ਅਸੀਂ ਬਹੁਤ ਸੰਘਰਸ਼ ਦੇ ਵਿੱਚ ਹਾਂ, ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਨਹੀਂ ਹੋ ਰਹੀ, ਔਨਲਾਈਨ ਅੱਜ ਕੱਲ੍ਹ ਪੜ੍ਹਾਈ ਆ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਪੈ ਜਾਂਦੀ, ਕੋਈ ਡਿਲੀਵਰੀ ਕੇਸ ਜਿਵੇਂ ਆ ਜਾਂਦਾ, ਐਂਬੂਲੈਂਸ ਮੰਗਾਉਣੀ ਪੈਂਦੀ, ਉਹ ਫੋਨ ਹੀ ਨਹੀਂ ਲੱਗਦਾ ਕਿੱਥੋਂ ਮੰਗਾਉਣ। ਅਤੇ ਅਸੀਂ ਤਾਂ ਇਸ ਵੇਲੇ ਜਿਹੜਾ ਵਾ ਪੰਜਾਬ ਸਰਕਾਰ ਦੀ ਕਰਾਂਗੇ ਵੀ ਪੰਜਾਬ ਸਰਕਾਰ ਜਿਹੜੀ ਇਸ ਚੀਜ਼ 'ਤੇ ਗੌਰ ਨਹੀਂ ਦੇ ਰਹੀ, ਅਤੇ ਦੂਜਾ ਅਸੀਂ ਜਿਹੜਾ ਵਾ ਇਹਨੂੰ ਜੇਲ੍ਹ ਸੂਬੇ ਡੰਡ ਸਾਹਿਬ ਨੂੰ ਜਿਹੜਾ ਵਾ ਅਸੀਂ ਜਿਹਨੂੰ ਇੰਨੀ ਵਾਰ ਮਿਲ ਕੇ ਅਪੀਲ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਵੀ ਦੋਸ਼ੀ ਸਮਝਦੇ ਹਾਂ ਕਿ ਇਹ ਚੀਜ਼ਾਂ 'ਤੇ ਜਿਹੜਾ ਜਿਨ੍ਹਾਂ ਨੇ ਗੌਰ ਨਹੀਂ ਕੀਤੀ, ਜਾਂ ਸਾਡੀ ਗੱਲ ਜਿਹੜੀ ਆ ਉੱਪਰ ਤੱਕ ਪਹੁੰਚਾਈ ਨਹੀਂ ਆ। ਅਸੀਂ ਅਗਲਾ ਸਟੈਪ ਸਾਡਾ ਵਾ ਜੀ, ਅੱਗੇ ਅਸੀਂ ਜਿਹੜਾ ਵਾ ਭੰਡਾਰੀ ਪੁੱਲ ਰੋਕਾਂਗੇ, ਅਤੇ ਧਰਨਾ ਸਾਡਾ ਜਿਹੜਾ ਜਾਰੀ ਰਹੂਗਾ। ਜਿੰਨਾ ਚਿਰ ਸਾਡਾ ਮਸਲਾ ਹੱਲ ਨਾ ਆਇਆ, ਸਾਨੂੰ ਭੰਡਾਰੀ ਪੁੱਲ ਰੋਕਣਾ ਪਿਆ, ਹੋਰ ਸੰਘਰਸ਼ ਤਿੱਖਾ ਕਰਾਂਗੇ, ਅਤੇ ਅਸੀਂ ਭੰਡਾਰੀ ਪੁੱਲ ਵੀ ਰੋਕਾਂਗੇ। ਧੰਨਵਾਦ। ਨਾਲ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ, ਮੰਗ ਪੱਤਰ ਮੈਂ ਰਿਸੀਵ ਕਰ ਲਿਆ ਵਾ, ਇਹਦੇ ਸੰਬੰਧੀ ਕਾਰਵਾਈ ਅੱਜ ਸ਼ੁਰੂ ਕਰਾ ਦਾਂਗੇ। ਬਾਕੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੀਟਿੰਗ ਹੈਗੀ ਹੈ ਡੀਸੀ ਸਾਹਿਬ ਨਾਲ, ਡੀਸੀ ਆਫਿਸ 'ਚ ਵੀ 2-3 ਦਿਨਾਂ ਦੇ ਵਿੱਚ ਕਰਾ ਦਿੱਤੀ ਜਾਏਗੀ। ਤਾਂ ਉਮੀਦ ਹੈਗੀ ਹੈ ਕਿ ਇਹਨਾਂ ਦਾ ਜਿਹੜਾ ਹੱਲ ਹੈ, ਕਿਉਂਕਿ ਸਰਕਾਰੀ ਪੱਧਰ 'ਤੇ ਹੋਣਾ ਵਾ, ਅਤੇ ਜੋ ਟਾਈਮ ਚਾਹੀਦਾ ਵਾ ਅਤੇ ਉਹ ਇਹਨਾਂ ਕੋਲ ਲੈ ਕੇ ਉਨੇ ਟਾਈਮ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦਾ ਮਸਲਾ ਪੱਕੇ ਤੌਰ 'ਤੇ ਹੱਲ ਕਰਾ ਦਿੱਤਾ ਜਾਵੇ। ਡਿਮਾਂਡ ਇਹਨਾਂ ਦੀ ਆਈ ਕਿ ਇਹਨਾਂ ਦੇ ਫੋਨ ਜਿਹੜੇ ਆ ਓਪਰੇਟ ਹੋਣ, ਅਤੇ ਉਹਦੇ ਲਈ ਆਈ ਹੈ ਕਿ ਜੋ ਸਿਗਨਲ ਦੀ ਸੈਟਿੰਗ ਕਰਾਉਣੀ ਆ ਅੰਦਰੋਂ, ਉਹ ਟੈਕਨੀਕਲ ਟੀਮ ਨਾਲ ਕੋਆਰਡੀਨੇਟ ਕਰਾ ਕੇ ਕਰਾ ਦਿੱਤੀ।